ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ80 ਫॉर ਦਿਸ ਸਾਰੀ ਦਸ਼ਕਾ ਦੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 31 ਦਸੰਬਰ 2015 16 ਪੋ ਨਾਨਕਸ਼ਹਿਰ ਸਮਤ 547 ਦਾ ਦਿਨ ਹੈ ਦੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਅ ਦੇਖੋ ਅੱਜ ਵਰਾ 2015 ਪਤਾ ਨਹੀਂ ਅਸੀਂ ਉਹਨੂੰ ਅਲਵਿਦਾ ਕਹਿ ਰਹੇ ਹਾਂ ਕਿ ਉਹ ਸਾਨੂੰ ਅਲਵਿਦਾ ਕਹਿ ਰਹੇ ਨੇ। ਜੀ ਤੇ ਜਾਂ ਸਾਡਾ ਦੋਨਾਂ ਦਾ ਹੀ ਕੋਈ ਕੰਟਰੋਲ ਨਹੀਂ ਹੈ। ਉਹ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵੈਸੋ ਚਸਿਆ ਕੜੀਆਂ ਪਹਿਰਾ 32 ਵਾਰੀ ਮਾਉ ਹੋਆ ਸੂਰਜ ਏ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੈਸ ਇਹ ਨਿਰੰਕਾਰ ਦਾ ਹੀ ਪਹਿਰਾਵਾ ਹੈ ਵੈਸ ਪਹਿਰਾਵੇ ਨੂੰ ਕਹਿੰਦੇ ਨੇ ਜੀ ਉਹ ਹਨੇਰਾ ਬਣ ਕੇ ਆ ਜਾਏ ਉਹ ਚਾਨਣ ਬਣ ਕੇ ਆ ਜਾਏ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਅੰਧਕਾਰੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਦੋਸਵੇਂ ਪਾਤਸ਼ਾਹ ਨੇ ਫਰਮਾਇਆ ਕਿ ਹਨੇਰੇ ਚ ਵੀ ਉਹ ਹੈ ਜੇ ਇਸ ਲਈ ਉਹਨੂੰ ਸੈਲੂਟ ਹੈ ਚਾਨਣ ਵੀ ਉਹ ਹੈ ਸੋ ਬੇਸ਼ੱਕ ਇਹ ਮਨੁੱਖੀ ਸੋਚ ਨੇ ਮਨੁੱਖੀ ਲੋੜ ਨੇ ਜਾਂ ਜਦੋਂ ਅਸੀਂ ਆਪਣੇ ਜੀਵਨ ਨੂੰ ਇੱਕ ਤਰਤੀਬ ਦਿੱਤੀ ਜਿੱਥੇ-ਜਿੱਥੇ ਲੋਕਾਂ ਦੇ ਸਾਹਮਣੇ ਜੋ-ਜੋ ਜਿਆ ਮਾਹੌਲ ਸੀ ਜੋ ਜਿਆ ਵੈਦਰ ਸੀ ਹੁਣ ਸ਼ਾਇਦ ਅਮਰੀਕਾ ਕੈਨੇਡਾ ਚ ਰਹਿਣ ਵਾਲਿਆਂ ਨੂੰ ਬਹੁਤਿਆਂ ਨੂੰ ਵੀ ਨਾ ਪਤਾ ਹੋਵੇ ਕਿ ਇੱਥੇ ਵੀ ਉਹ ਥਾਵਾਂ ਨੇ ਜਿੱਥੇ 6-6 ਮਹੀਨੇ ਹਨੇਰਾ ਰਹਿੰਦਾ ਛੇ-ਛੇ ਮਹੀਨੇ ਚਾਨਣ ਹੁੰਦਾ ਜੀ ਕੈਨੇਡਾ ਦੇ ਵਿੱਚ ਵੀ ਇਸ ਕਿਸਮ ਦੀ ਥਾਂ ਹੈ ਔਰ ਇਸੇ ਹਾਲਾਤ ਦੇ ਵਿੱਚੋਂ ਹੀ ਜਦੋਂ ਅਸੀਂ ਦੇਖਦੇ ਹਾਂ ਕਦੇ ਧੁੱਪ ਖੜੀ ਨਿਕਲੀ ਹੋਏਗੀ ਕਿਉਂਕਿ ਸੂਰਜ ਹੈ ਔਰ ਕਈ ਚੀਜ਼ਾਂ ਜਿਹੜੀਆਂ ਕੁਦਰਤ ਨੇ ਮਨੁੱਖ ਨੂੰ ਦਿੱਤੀਆਂ ਸੀ ਪਰ ਸਮਾਂ ਪਾ ਕੇ ਜਿਉਂ-ਜਿਉਂ ਅਸੀਂ ਇੱਕ ਪਾਸੇ ਤਾਂ ਟੈਕਨੀਕ ਡਿਵੈਲਪ ਕੀਤੀ ਟੈਕਨੋਲੋਜੀ ਸਾਡੇ ਕੋਲ ਮਸ਼ੀਨਾਂ ਬਣੀਆਂ ਯੰਤਰ ਬਣੇ ਬੈਰੋਮੀਟਰ ਬਣੇ WeatherData forecast ਹੋਣ ਸੀ ਬਦਲਾਂ ਦੇ ਉੱਤੋਂ ਦੀ ਜਾ ਕੇ ਦੇਖ ਲੈਂਦੇ ਆ ਵੀ ਕੀ ਹੋਣੇ ਲੇਕਿਨ ਇਹਦਾ ਇੱਕ ਨੁਕਸਾਨ ਇਹ ਹੋਇਆ ਕਿ ਜਿਹੜੀ ਹਿਊਮਨ ਮਾਈਂਡ ਨੇ ਜਾਂ ਹਿਊਮਨ ਐਂਟੀਟੀ ਨੇ ਜੋ ਕੁਝ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ ਹਾਸਲ ਕੀਤਾ ਸੀ ਉਹ ਜਾਂਦਾ ਲੱਗਾ ਜਿਵੇਂ ਮੈਨੂੰ ਯਾਦ ਹੈ ਕਿ ਜਦੋਂ ਸੁਨਾਮੀ ਆਈ ਜੀ ਤੇ ਅੰਡੇਮਾਨ ਨਿਕੋਬਾਰ ਜਿਸ ਨੂੰ ਕਦੇ ਕਾਲਾ ਪਾਣੀ ਵੀ ਕਹਿੰਦੇ ਸੀ ਉੱਥੇ ਵੀ ਬੜੀ ਤਬਾਹੀ ਹੋਈ ਔਰ ਇਹ ਜਿਸ ਹਿਸੇ ਸੱਦ ਸਡਨਲੀ ਸੁਨਾਮੀ ਦਾ ਪਾਣੀ ਆਇਆ ਆ ਉਸ ਦੇ ਵਿੱਚ ਖਾਸ ਕਬੀਲਾ ਰਹਿੰਦਾ ਸੀ ਔਰ ਉਸ ਕਬੀਲੇ ਨੇ ਅੰਗਰੇਜ਼ਾਂ ਦੇ ਨਾਲ ਟੱਕਰ ਵੀ ਲਈ ਸੀ ਬਾਅਦ ਦੇ ਵਿੱਚ ਅੰਗਰੇਜ਼ ਜਿਹੜੇ ਨੇ ਉਹਨਾਂ ਨੂੰ ਸਬਡਿਊ ਨਹੀਂ ਸੀ ਕਰ ਸਕਿਓ ਆਜ਼ਾਦ ਕਿਸਮ ਦੇ ਲੋਕ ਸੀ ਪਰ ਜ਼ਿਲ੍ਹਾ ਹਸ਼ਾਰਪੁਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਜਿਹੜੇ ਨੇ ਉਹ ਸ਼ਾਇਦ ਪੁਲਿਸ ਜਾਂ ਫੌਜ ਉੱਥੇ ਤਾਇਨਾਤ ਸੀ ਸਮ ਹਾਉ ਉਹਨਾਂ ਨਾਲ ਉਸ ਕਬੀਲੇ ਦਾ ਸੰਪਰਕ ਹੋਇਆ ਤਾਂ ਉਹਨਾਂ ਤੇ ਉਹਨਾਂ ਦਾ ਇਤਬਾਰ ਬਣ ਗਿਆ ਉਹਨਾਂ ਨੇ ਉਹਨਾਂ ਦੀ ਲੈਂਗੁਏਜ ਵੀ ਸਿੱਖ ਲਈ ਔਰ ਉਹੀ ਇੱਕ ਸਾਰੇ ਅੰਗਰੇਜ਼ੀ ਰਾਜ ਦੌਰਾਨ ਮੁੜ ਕੇ ਜਦੋਂ ਵੀ 10 15 20 ਸਾਲ ਉਹ ਨੌਕਰੀ 'ਚ ਰਹੇ ਉਹੀ ਸੱਜਣ ਸੰਸ ਜਿਹੜੇ ਕਿ ਉਹਨਾਂ ਦੇ ਨਾਲ ਕਮਿਊਨੀਕੇਟ ਕਰਦੇ ਸੀ ਗਵਰਨਮੈਂਟ ਦੇ ਬਿਹਫ ਤੇ ਅੰਗਰੇਜ਼ਾਂ ਦੇ ਵੇਲੇ ਜਾਂ ਬਾਅਦ ਦੇ ਵਿੱਚ ਭਾਰਤੀ ਸਰਕਾਰ ਵੇਲੇ ਜਦੋਂ ਸੁਨਾਮੀ ਆਈ ਔਰ ਚਾਰਚਫੇਰੇ ਤਬਾਹੀ ਹੋਈ ਆਇਆ ਵੀ ਉਸ ਇਲਾਕੇ 'ਚ ਪਾਣੀ ਇੰਨਾ ਇੰਨਾ ਚੜ ਗਿਆ ਵੀ ਉਹ ਕਬੀਲੇ ਦੀ ਹੋਂਦ ਹੀ ਖਤਮ ਹੋ ਗਈ ਤੋ ਉਹ ਬਜ਼ੁਰਗ ਜਿਹੜੇ ਨੇ ਉਹ ਹਾਰਪੁਰ ਹਸਪੀਟਲ ਚ ਬੈੱਡ ਦੇ ਉੱਤੇ ਪਏ ਸੀ ਉਹਨਾਂ ਨੇ ਕਿਹਾ ਕਿ ਵੀ ਨਹੀਂ ਉਹ ਕਬੀਲਾ ਨਹੀਂ ਮਰ ਸਕਦਾ ਉਹ ਸਾਰੇ ਠੀਕ ਹੋਣਗੇ ਕਿ ਉਹਨਾਂ ਨੂੰ ਕੁਦਰਤ ਦੇ ਉਹ ਨਹੀਂ ਇੰਨੇ ਨੇੜੇ ਸੀ ਜਾਂ ਨੇੜੇ ਨੇ ਕਿ ਉਹਨਾਂ ਨੂੰ ਇਹ ਸਭ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਜਾਂ ਲੱਗ ਜਾਂਦਾ ਹੈ ਇਸ ਲਈ ਉਹਨਾਂ ਦਾ ਕੋਈ ਨੁਕਸਾਨ ਲੇਕਿਨ ਜਿੰਨੇ ਐਕਸਪਰਟਸ ਸੀ ਸਭ ਨੇ ਕਿਹਾ ਕਿ ਜੀ ਇੰਨਾ ਪਾਣੀ ਇੰਨੇ ਨੇ ਮੀਲ ਤੱਕ ਕੋਈ ਔਰ ਸੁਨਾਮੀ ਇੰਨੀ ਸੜਨ ਆਈ ਹੈ ਕਿ ਉਹ ਕੋਈ ਚਾਂਸ ਹੀ ਨਹੀਂ

ਕਿ ਜਿਹੜੇ ਬਜ਼ੁਰਗ ਸਾਡੇ ਤੋਂ 2-3 ਪੀੜੀਆਂ ਪਹਿਲਾਂ ਸੀ ਉਹ ਅਸਮਾਨ ਵੱਲ ਦੇਖ ਕੇ ਕਿ ਹਵਾ ਪੁਰੇ ਦੀ ਪੁਰਾ ਕਿੱਥੋਂ ਦਾ ਵਗਦਾ ਹੈ ਬੱਦਲ ਆ ਪਵੇਂ ਨਾ ਵੀ ਹੋਣ ਤੇ ਉਹਨਾਂ ਨੂੰ ਮੌਸਮ ਦਾ ਭਿੰਨਾਪਨ ਜਾਂ ਉਸ ਦੇ ਵਿੱਚ ਆਈ ਨਮੀ ਜਾਂ ਖੁਸ਼ਕੀ ਉਸ ਤੋਂ ਉਹਨਾਂ ਨੂੰ ਅੰਦਾਜ਼ਾ ਹੁੰਦਾ ਸੀ ਕਿ ਅਗਲੇ ਦਿਨਾਂ ਦਾ ਵੈਦਰ ਕੀ ਹੋਏਗਾ ਔਰ ਉਹਦੇ ਮੁਤਾਬਕ ਹੀ ਉਹ ਖਦਾਇਤਾ ਕਰਦੇ ਸੀ ਜੀ ਪਰ ਚਲੋ ਇੱਕ ਪਾਸੇ ਅਸੀਂ ਕੁਝ ਚੀਜ਼ਾਂ ਗਵਾਈਆਂ لیکن ਨਾਲ ਦੀ ਨਾਲ ਜਿਉਂ-ਜਿਉਂ ਮਨੁੱਖ ਨੇ ترقی ਵੱਲ ਕਦਮ ਪੁੱਟੇ ਔਰ ਜੇ ਅਸੀਂ ਇਹ ਸਾਰੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਨੂੰ ਸੰਖੇਪ ਦੇ ਵਿੱਚ ਕਹੀਏ ਕਿ ਕਿੱਥੋਂ ਉਹਨਾਂ ਡਾਰਕ 에ਜਸ ਚੋਂ ਨਿਕਲ ਕੇ ਪੱਥਰ ਇਹ ਪੱਥਰ ਆਇਆ ਸਟੋਨ ਨੂੰ ਜੇ ਸ਼ਿਕਾਰ ਕਰਨ ਮਨੁੱਖ ਨਿਕਲਦਾ ਸੀ ਤੇ ਉਸਨੇ ਦੇਖਿਆ ਕਿ ਭਾਈ ਪੱਥਰ ਨੂੰ ਜਿਹੜੇ ਤਿੱਖੇ ਪੱਥਰ ਸੀ ਉਹਨਾਂ ਨੂੰ ਘੜ ਕੇ ਕਿਵੇਂ ਕਰਨੇ ਫਿਰ ਹੌਲੀ 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 ਆਇਰਨ 에ਜ ਆ ਗਈ ਲੋਹਾ ਆ ਗਿਆ ਮੈਟਲਸ ਆ ਗਈਆਂ 17ਵੀਂ 18ਵੀਂ ਸਦੀ ਤੱਕ ਅਸੀਂ ਦੇਖਦੇ ਫਿਰ ਇਸ ਤੋਂ ਪਹਿਲਾਂ ਇਵਨ ਸ਼ੀਸ਼ਾ ਵੀ ਆ ਗਿਆ ਗਲਾਸ ਫਿਰ ਉਹੀ ਧਰਤੀ ਦੇ ਥੱਲੇ ਦੱਬਿਆ ਕੋਲਾ ਤੇ ਉਹੀ ਹੀਰੇ ਨੇ ਜੀ ਉਹਨਾਂ ਦੇ ਵਿੱਚ ਅਸੀਂ ਕੋਲੇ ਤੇ ਹੀਰੇ 'ਚ ਫਰਕ ਕਰ ਲਿਆ ਕੋਡੀ ਔਰ ਹੀਰੇ 'ਚ ਫਰਕ ਕਰ ਲਿਆ ਔਰ ਇਸ ਸਾਰੇ ਨੂੰ ਜੇ ਕਰੰਸੀ ਅੱਜ ਤੱਕ ਅਸੀਂ ਹੁਣ ਨੋਟ ਛਾਪਦੇ ਨੇ ਔਰ ਜੇ ਤੁਸੀਂ ਕੋਈ ਚੀਜ਼ ਲੈਣ ਜਾਓ 20 ਦਾ ਵੀ ਹੋਏ ਤਾਂ ਐ ਕਰਕੇ ਬੜੇ ਧਿਆਨ ਨਾਲ ਵਿੱਚ ਪਤਾ ਨਹੀਂ ਉਹਨਾਂ ਦੀ ਕੋਈ ਪਛਾਣ ਹੁੰਦੀ ਹੈ ਜੀ ਲੇਕਿਨ ਉਹ ਵੀ ਜ਼ਮਾਨਾ ਸੀ ਵੀ ਕਰੰਸੀ ਕੋਡੀਆਂ ਤੋਂ ਸ਼ੁਰੂ ਹੋਈ ਹੁਣ ਕੋਡੀਆਂ ਕਿਹੜੀਆਂ ਕਿਸੇ ਨੇ ਬਣਾ ਕੇ ਸਮੁੰਦਰ ਚ ਸੁੱਟੀਆਂ ਬਣੀਆਂ ਹੋਈਆਂ ਸੀ ਉਹਨਾਂ ਨੇ ਕਿਹਾ ਜੀ ਇਹ ਸਭ ਤੋਂ ਥਰਡੀ ਯੂਨਿਟ ਹੈ ਹੌਲੀ 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 ਇੱਕ ਦੂਜੇ ਨਾਲ ਜਿਹੜੀ ਹੈ ਵਪਾਰ ਹੁੰਦੇ ਸੀ ਜੇ ਕਿਤੇ ਖੱਲਾ ਨਹੀਂ ਉਹ ਖੱਲਾ ਟ੍ਰੇਡ ਕਰ ਲੈਂਦੇ ਸੀ ਉਹ ਨਾਜ ਟ੍ਰੇਡ ਕਰ ਲੈਂਦੇ ਸੀ ਜਿਹਦੇ ਕੋਲ ਜੋ ਹੁੰਦਾ ਸੀ ਉਹ ਇਸ ਕਿਸਮ ਦੀ ਟਰੇਡਿੰਗ ਸ਼ੁਰੂ ਹੋਈ ਔਰ ਉਸਾਰੇ ਚੋਂ ਫਿਰ ਅਸੀਂ ਦੇਖਦੇ ਆਂ ਵੀ 16ਵੀਂ 17ਵੀਂ ਸਦੀ ਜਿਹੜੀ ਹੈ ਉਹ ਤਬਦੀਲੀ ਦਾ ਰੰਗ ਹੈ ਇੰਡਸਟਰੀਅਲਾਈਜ਼ੇਸ਼ਨ ਸ਼ੁਰੂ ਹੋ ਗਈ ਔਰ ਹੁਣ ਤੱਕ ਪਹੁੰਚਦੇ ਆਂ 21ਵੀਂ ਸਦੀ ਇਸ ਕਿਸਮ ਦੀ ਹੈ ਕਿ ਜੇ ਨਾਰ ਬੈਠਾ ਪੈਸੇਂਜਰ ਹੈ ਤੇ ਉਹ ਉਹਨੂੰ ਨਹੀਂ ਪੁੱਛੇਗਾ ਕਿ ਵੀ ਰੈਸਟਰੂਮ ਕਿੱਥੇ ਹੈ ਉਹ ਗੂਗਲ ਤੇ ਪੁੱਛੇਗਾ ਮੈਪ ਤੇ ਦੇਖੇਗਾ ਵੀ ਕਿੱਥੇ ਹੈ ਇਹੀ ਹਾਲ ਘਰ 'ਚ ਹੁੰਦਾ ਪਿਓ ਇੱਕ ਫੇਸਬੁੱਕ ਦੇ ਸਾਹਮਣੇ ਬੈਠਾ ਹੁੰਦਾ ਲੈ ਕੇ ਪੁੱਤਰ ਦੂਜੇ ਪਾਸੇ ਹੁੰਦਾ ਤੀਜੇ ਪਾਸੇ ਹੁੰਦੀ ਹੈ ਸਾਰੇ ਇੱਕੋ ਕਮਰੇ ਚ ਵੀ ਬੈਠੇ ਆ ਜਿਹੜੇ ਨੇ ਉਹ ਉਹ ਹੂ ਹੂ ਹਕੀਏ ਨੇ ਤਾਂ ਕੰਨਾਂ ਨੂੰ ਲਾਇਆ ਹੁੰਦਾ ਟੁੰਟੁਣਾ ਹੱਥੇ ਮਾਰ ਰਹੇ ਹੁੰਦੇ ਤੇ ਉਹ ਪਤਾ ਨਹੀਂ ਲੱਗਦਾ ਕਿ ਭਈ ਗੱਲ ਕਿਦਾਂ ਨੂੰ ਹੋ ਰਹੀ ਕਿ ਵੀ ਬੰਦਾ ਜਦੋਂ ਨਵਾਂ ਨਵਾਂ ਚੱਲਿਆ ਸੂ ਬੰਦਾ ਧਿਆਨ ਨਾਲ ਵੇਖਦਾ ਸੀ ਵੀ ਕੀ ਹੈ ਵੀ ਕੋਈ ਨਾ ਕੋਈ ਸ਼ਦਾਈ ਤੁਰਿਆ ਆਂਦਾ ਹੋਵੇ ਹੱਥ ਮਾਰਦੇ ਤੁਰੇ ਆਂਦੇ ਸੋ ਲੱਗਾ ਕੰਨ ਨੂੰ ਸੋ ਕੁੱਲ ਮਿਲਾ ਕੇ ਇਹ ਇੰਨੀ ਵੱਡੀ ਜਿਹੜੀ ਹੈ ਤਬਦੀਲੀ 21ਵੀਂ ਸਦੀ ਚ ਜਿੱਥੇ ਅਸੀਂ ਜਿਸ ਹੱਦ ਤੱਕ ਐਕਸਪਲੋਰ ਵੀ ਕੀਤਾ ਹੈ ਔਰ ਜੇ ਵੀ ਇਸ ਪਿਛਲੇ ਵਰਿਆਂ ਦੇ 파ਟ ਦੇਖੀਏ ਕਿੰਨੇ ਬਿਲੀਅਨ ਡਾਲਰ ਦਾ ਐਕਸਪੈਰੀਮੈਂਟ ਯੂਰਪ ਸਾਇੰਸ ਦਾਣਾ ਨੇ ਇਹ ਦੇਖਣ ਲਈ ਕਿ ਧਰਤੀ ਕਿਵੇਂ ਬਣੀ ਨਹੀਂ ਔਰ ਉਸ ਦੀ ਬਿਗ ਬੈਂਕ ਥਿਉਰੀ ਨਾਲ ਕੀ ਸੰਬੰਧ ਹੈ ਕਿਸ ਕਿਸਮ ਦਾ ਔਰ ਜੇ ਸਾਇੰਸ ਦੇ ਫੀਲਡਸ ਦੇਖੀਏ ਤੇ ਕਿੱਥੇ ਕਿੰਨਾ ਕੁਸ਼ ਲੋਕ ਹੈਜ਼ੇ ਨਾਲ ਮਰ ਜਾਂਦੇ ਸੀ ਮਲੇਰੀਆ ਨਾਲ ਮਰ ਜਾਂਦੇ ਸੀ ਵੀਵੇਂ ਸਦੀ ਦੇ ਇਨੀਸ਼ੀਅਲ ਪਾਰਟ ਤੱਕ ਪਤਾ ਹੀ ਨਹੀਂ ਸੀ ਕਿ ਮੱਛਰ ਜਿਹੜਾ ਉਹ ਮਲੇਰੀਆ ਕਰਦਾ ਹੈ ਮਾਲ ਏਰੀਆ ਕਿ ਜੀ ਗੰਦੀ ਥਾਂ ਤੇ ਹੁੰਦਾ ਹੈ ਖੁਸ਼ ਜੀ ਲੇਕਿਨ ਅੱਜ ਇਹ ਸਾਰੀਆਂ ਤਰੱਕੀਆਂ ਦਾ ਹੀ ਨਤੀਜਾ ਹੈ ਸਰਵਾਈਵਲ ਵੀ ਆ ਹਿਊਮਨ ਰੇਸ ਦੀ ਕਿ ਅੱਜ ਤੋਂ 60-65 ਸਾਲ ਪਹਿਲਾਂ ਇਸ ਧਰਤੀ ਤੇ 2 ਬਿਲੀਅਨ ਲੋਕ ਰਹਿੰਦੇ ਸੀ ਅੱਜ 7 ਬਿਲੀਅਨ ਅਸੀਂ 3 ਗੁਣਾ ਤੋਂ ਵੀ ਜ਼ਿਆਦਾ ਜਿਹੜੇ ਆ ਉਹ ਵਧੇ ਔਰ ਇਸ ਸਾਰੇ ਚੋਂ ਹੀ ਇਸ ਸਮੇਂ ਦੀ ਵੰਡ ਨੇ ਵੀ ਜਨਮ ਲਿਆ ਘੜੀ ਅੱਜ ਤਾਂ ਰਿਸਟਵਾਚ ਦੇ ਵੀ ਲੋੜ ਨਹੀਂ ਰਹੀ ਕਿਉਂਕਿ ਫੋਨ ਦੇ ਉੱਤੇ ਵੀ ਟਾਈਮ ਹੈ ਜਿੱਧਰ ਦੇਖੋ ਟਾਈਮ ਹੀ ਟਾਈਮ ਹੈ ਤੇ ਟਾਈਮ ਦੀ ਕਦਰ ਕਿਉਂਕਿ ਪਰ ਆਵਰ ਵੀ ਮਿਲਦੇ ਨੇ ਕਿੰਨੇ ਘੰਟਾ ਕੋਈ 20 ਡਾਲਰ ਘੰਟੇ ਦਾ ਕੋ ਦੂਜਾ ਕੋ ਗਵਾਉਂਦਾ ਥੋੜੀ ਜਿਹਾ ਵਕਤ ਜੀ ਭਾਵੇਂ ਦੂਸਰੇ ਪਾਸਿਓਂ ਜਿਹੜੀ ਵਕਤ ਦੀ ਕੀਮਤ ਸੀ ਜੇ ਅਸੀਂ ਨੂੰ ਅਧਿਆਤਮ ਦੀ ਦੁਨੀਆ ਦੇ ਹਵਾਲੇ ਨਾਲ ਦੇਖੀਏ ਫਿਰ ਤਾਂ ਇਹੀ ਸੀ ਕਿ ਭਾਈ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਨੇ ਹੀਰੇ ਜੈਸਾ ਜਨਮ ਹੈ ਅਕਾਰਡੀ ਬਦਲੇ ਜਾਏ ਹੁਣ ਉਹ ਤਾਂ ਵੈਲਿਊ ਸਿਸਟਮ ਹੀ ਪਿੱਛੇ ਚਲਾ ਗਿਆ ਉਧਰ ਚਲੋ ਅਸੀਂ ਸੰਡੇ ਦਾ ਕੱਢ ਲਿਆ ਕਿ ਭਈ ਘੰਟੇ ਦੋ ਘੰਟੇ ਜਾਏ ਜਾਂ ਹੁਣ ਅੱਜ ਨਿਊ ਇਅਰ ਦੀ ਮੌਕੇ ਤੇ ਅੱਜ ਰੌਣਕਾਂ ਹੋਣਗੀਆਂ ਪਰ ਅੰਦਰ ਬਹਿਣਾ ਨਹੀਂ ਕਿਸੇ ਨੇ ਸਿਟਿੰਗ ਟਾਈਮ ਪੰਜ ਹਾਂ ਇੱਕ 12:00 ਵਜੇ ਫਿਰ ਸਾਰੇ ਡੀਕਦੇ ਹੁੰਦੇ ਨੇ ਵੀ ਜਿਕਾਰਾ ਕਿੱਥੋਂ ਚੜਨਾ ਕਿਤੇ ਇਹ ਨਾ ਹੋਵੇ ਭਾਈ ਜਿਹੜਾ 10 ਘੰਟੇ ਅੱਗੇ ਚਲਾ ਜਾਏ ਤਾਂ ਸਾਲ ਨੂੰ ਆਉਣਾ ਭੁੱਲ ਜਾਏ ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਜਿਹੜੇ ਅਦਰਵਾਈਜ਼ ਅਸੀਂ ਆਪਣਾ ਨਿਤਨੇਮ ਜਾਂ ਆਪਣੇ ਜੀਵਨ ਦਾ ਡਿਸਪਲਿਨ ਜਾਂ ਹੋਰ ਹਰ ਚੀਜ਼ ਤੋਂ ਪਗੋੜੇ ਉੱਥੇ ਨਹੀਂ ਅਸੀਂ ਦੇਖਦੇ ਕਿ ਵੀ ਕਿਤੇ ਕੋਈ ਇੱਕ ਸੈਕਿੰਡ ਡੱਗੇ ਪਿੱਛੇ ਉੱਥੇ ਫਿਰ ਜਕਾਰੇ ਇੱਕ ਦੀ ਬਜਾ ਚਾਰ-ਚਾਰ ਗਜਾਂ ਵਾਲੇ ਹੁੰਦੇ ਨੇ ਤੇ ਜਿੱਥੇ ਜਕਾਰੇ ਕੇ ਵੇਲੇ ਗਜਾਂ ਦਾ ਵੇਲਾ ਹਾਂਜੀ ਹਾਂ ਉਹ ਉੱਥੋਂ ਤਾਂ ਕਹਿੰਦੇ ਛੱਡੋ ਜੀ ਕਾਨੂੰ ਮਰਵਾਉਣਗੇ ਸਾਨੂੰ ਚਲੋ ਇੱਕ ਉਹਦਾ ਲਾਈਟਰ ਸਾਈਡ ਹੈ ਬਟ ਕੁੱਲ ਮਿਲਾ ਕੇ ਇਸ ਸਾਰੀ ਤਰਤੀਬ ਚੋਂ ਦੁਨੀਆ ਭਰ ਚ ਜਦੋਂ ਅਸੀਂ ਕੈਲੰਡਰਸ ਦੀ ਗੱਲ ਕਰਦੇ ਆਂ ਤੇ ਫਿਰ ਚਾਈਨੀਜ਼ ਹੋਣ ਜ਼ੋਰੈਸਟਰੀਅਨ ਹੋਣ ਦੂਸਰੇ ਹਰ ਸਭਿਆਚਾਰ ਨੇ ਆਪਣੇ ਕੈਲੰਡਰ ਧਰਮਾਂ ਨੇ ਦਿੱਤੇ ਔਰ ਜੇ ਇਹਨਾਂ ਦੀ ਇੱਕ ਸਟੇਟਮੈਂਟ ਹੈ ਕਿ ਹਰ ਧਰਮ ਦਾ ਆਪਣਾ ਕੈਲੰਡਰ ਹੈ ਜਾਂ یوں ਕਹੋ ਵੀ ਹਰ ਕੈਲੰਡਰ ਦਾ ਆਪਣਾ ਧਰਮ ਹੈ ਜੀ اور جس ਨਵੇਂ ਸਾਲ ਨੂੰ 2015 ਨੂੰ ਅਲਵਿਦਾ ਔਰ 2016 ਨੂੰ ਖੁਸ਼ ਆਮਦੀਦ ਆ ਕਿਹਾ ਜਾਣਾ ਇਸ ਦਾ ਸਬੰਧ ਜੀਸਸ ਕ੍ਰਾਈਸਟ ਦੇ ਨਾਲ ਹੈ ਈਸਾ ਮਸੀਹ ਦੇ ਨਾਲ ਹੈ ਔਰ ਉਹਨਾਂ ਦਾ ਕਿਉਂਕਿ ਜਨਮ ਅੰਦਾਜ਼ਨ ਜਿਹੜਾ ਜਿਵੇਂ 크리스마ਸ ਉਹਨਾਂ ਦੇ ਬਰਥ ਨਾਲ ਜੁੜੀ ਹੋਈ ਹੈ ਹਾਲਾਂਕਿ ਪ੍ਰੈਕਟੀਕਲੀ ਤਾਂ ਹੋਰ ਮੰਤਸਨ ਉਹਨਾਂ ਦੀਆਂ ਆਪਣੀਆਂ ਹੀ ਜਿਹੜੀਆਂ ਪੁਸਤਕਾਂ ਨੇ ਉਹ ਕਹਿੰਦੀਆਂ ਨੇ ਪਰ ਉਹਦੇ ਨਾਲ ਫਿਰ ਉਹਨਾਂ ਨੇ ਹੌਲੀ-ਹੌਲੀ ਦਾ ਲੰਮਾ ਇਤਿਹਾਸ ਹੈ ਕਿ ਕਿਸ ਤਰੀਕੇ ਨਾਲ 12 ਮਹੀਨਿਆਂ ਦੇ ਨਾਮ ਚੁਣੇ ਗਏ ਔਰ ਕਿਵੇਂ ਇਹ ਅੱਜ ਜਿੱਥੇ ਇੱਕ ਸਾਇੰਟਿਫਿਕ ਕੈਲੰਡਰ ਹੈ 365 ਦਿਨ ਇਸ ਤੇ ਮਿੱਥੇ ਗਏ ਨੇ ਉੱਥੇ ਦੁਨੀਆ ਦੇ ਵਿੱਚ ਕਿਉਂਕਿ ਯੂਰਪ ਨੇ ਪਿਛਲੀਆਂ 3 ਸਦੀਆਂ 'ਚ ਫਿਰ ساری ਦੁਨੀਆ ਨੂੰ ਕਲੋਨਾਈਜ਼ ਕੀਤਾ ਉਹ ਆਸਟ੍ਰੇ ਜਿਹੜਾ ਆਸਟ੍ਰੇਲੀਆ ਹੋਏ ਸਾਊਥ ਅਮਰੀਕਾ ਹੋਏ ਅਸ਼ੀਆ ਹੋਏ ਔਰ ਆਫਰੀਕਾ ਹੋਏ ਜਿੱਥੇ ਜਿੱਥੇ ਗਏ ਇਹੀ ਤਾਕਤਾਂ ਸੀ ਤਾਂ ਕ੍ਰਿਸਚੀਅਨਿਟੀ ਇਹਦੇ ਨਾਲ ਹੀ ਗਈ ਔਰ ਹੌਲੀ 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 ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਡਸਟਰੀਅਲਾਈਜੇਸ਼ਨ ਦੇ ਨਾਲ ਇਹਨਾਂ ਨੂੰ ਅੱਪਰ ਹੈਂਡ ਮਿਲਿਆ ਹੈ ਦੂਸਰੀਆਂ ਸਿਵਲਾਈਜੇਸ਼ਨਸ ਤੋਂ ਬੇਸ਼ੱਕ ਬਹੁਤ ਸਾਰੀਆਂ ਸਾਇੰਸ ਦੀਆਂ ਕਾਢਾਂ ਨਿਕਲੀਆਂ ਤਾਂ ਚੀਨ ਦੇ ਵਿੱਚ ਸੀ ਪੇਪਰ ਉਹਨਾਂ ਨੇ ਕੱਢਿਆ ਜਿਹੜਾ ਲਿਖਣ ਵਾਲਾ ਕਾਗਜ਼ ਹੈ ਪ੍ਰਿੰਟਿੰਗ ਪ੍ਰੈਸ ਉਹਨਾਂ ਨੇ ਕੱਢੀ ਕੰਪਾਸ ਉਹਨਾਂ ਨੇ ਕੱਢੀ ਗਾਂ ਪਾਊਡਰ ਉਹਨਾਂ ਨੇ ਕੱਢਿਆ ਹੈ ਔਰ ਬਹੁਤ ਸਾਰਾ ਜਿਹੜਾ ਖੁਸ਼ ਹੈ ਚਾਈਨਾ ਉਹਨੂੰ ਅੰਡਰ ਐਸਟੀਮੇਟ ਨਹੀਂ ਅੱਜ ਵੀ ਕਰਦੇ ਜਿਹੜਾ ਉਹਨਾਂ ਨੂੰ ਪਤਾ ਹੈ ਕਿ ਬਈ ਉਹਨਾਂ ਦੀ ਬਿਲਟ ਇਨ ਕਿ ਰਾਕਟ ਉਹਨਾਂ ਨੇ ਕੱਢੇ ਲੇਕਿਨ ਸਾਇੰਸ ਨੇ ਜਿਸ ਕਿਸਮ ਦਾ ਫਲਾਕ ਕੀਤਾ ਉਸ ਦਾ ਨਤੀਜਾ ਸੀ ਕਿ ਉਸ ਸਭੇ ਦਾ ਪਛੜੀ ਇਹ ਅੱਗੇ ਆਏ ਔਰ ਹੌਲੀ 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 ਜਿੱਥੇ ਜਿੱਥੇ ਯੂਰਪੀਆ ਨਾਲ ਨਾਲ ਕ੍ਰਿਸਚੀਅਨਿਟੀ ਵੀ ਗਈ ਔਰ ਅੱਜ ਸਾਡਾ ਵੱਡਾ ਹਿੱਸਾ ਦੁਨੀਆ ਦਾ ਜਿਹੜਾ ਉਹ ਇਸ ਦਿਨ ਨੂੰ ਜਿਹੜਾ ਉਹਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਹੁੰਦਾ ਹੈ ਕਿ ਵੀ ਉੱਥੇ ਆਲਰੇਡੀ ਸ਼ੁਰੂ ਹੋ ਜਾਣਾ ਹੈ ਕਿ ਆਤਿਸ਼ਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ ਫਿਰ ਕਿਧਰੋਂ ਜਾਂਦਾ 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 ਅਮਰੀਕਾ ਦੇ ਕਿਹੜੇ ਆਈਲੈਂਡ ਤੋਂ ਜਿਹੜਾ ਉਹ ਫਾਈਨਲ ਹੁੰਦਾ ਹੈ ਸੋ ਕੁੱਲ ਮਿਲਾ ਕੇ ਜਾਪਾਨ ਈਸਟ ਦੇ ਵਿੱਚ ਹੈ ਜਿੱਥੋਂ ਸੂਰਜ ਚੜ੍ਹਨ ਦੀ ਗੱਲ ਪਹਿਲਾਂ ਹੁੰਦੀ ਹੈ ਔਰ ਵੈਂਕੂਵਰ ਜਿਹੜਾ ਹੈ ਇਹ ਸਾਡੇ ਨਾਰਥ ਅਮਰੀਕਾ ਚ ਵੈਸਟ ਹੈ ਜਿੱਥੇ ਸਨਸੈਟ ਹੁੰਦਾ ਹੈ ਸੋ ਉਹਨਾਂ ਨੇ ਇੱਕ ਹਿਸਾਬ ਨਾਲ ਪਿਛਲੇ ਜਿਹੜੇ ਕੈਲੈਂਡਰਸ ਦੀਆਂ ਕੁਝ ਤਰੁੱਟੀਆਂ ਵੀ ਸੀ ਉਹਨੂੰ ਕਰਕੇ ਇਹਨੂੰ ਮੋਰ ਸੈਂਟੀਫਿਕ ਰੰਗ ਵੀ ਦਿੱਤਾ ਹੈ ਔਰ 365 ਦਿਨ ਔਰ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਈ ਜਿਹੜੇ ਸਾਲ ਨੇ ਜਦੋਂ ਅਸੀਂ ਲਿਖਾਂਗੇ 2016 ਏਡੀ ਔਰ ਬੇਸ਼ੱਕ ਆਜੋ ਦੀ ਕੋਈ ਨਵੀਂ ਐਬ੍ਰਿਵੀਏਸ਼ਨ ਕਹੀ ਜਾਣ ਪਰ ਇਹ ਹੁੰਦਾ ਐਨੋਡੋਨਿਨ ਦਾ ਇਅਰ ਆਫ आवर ਲਾਰਡ ਜੀਸਸ ਦੇ ਨਾਤੇ ਔਰ ਜਦੋਂ ਅਸੀਂ ਹਿਸਟਰੀ ਵੀ ਡਿਸਕਸ ਕਰਦੇ ਆ ਈਡੀ ਦਾ ਮਤਲਬ ਹੈ ਜੀਸਸ ਦੇ ਜਨਮ ਤੋਂ ਬਾਅਦ ਐਂਡ ਬੀਸੀ ਬਿਫੋਰ ਕ੍ਰਾਈਸਟ ਜੀ ਈਸਾ ਦੇ ਜਨਮ ਤੋਂ ਪਹਿਲਾਂ ਸੋ ਕੁੱਲ ਮਿਲਾ ਕੇ ਬੇਸ਼ੱਕ ਬਹੁਤ ਐਫਰਟ ਤੋਂ ਬਾਅਦ ਸਾਡੀ ਆਪਣੀ ਧਾਰਮਿਕ ਖੋਦ ਨੂੰ ਪ੍ਰਕਟਾਉਂਦਾ ਸਾਡਾ ਨਾਨਕਸ਼ਹੀ ਕੈਲੰਡਰ ਮੂਲ 2003 ਦੇ ਵਿੱਚ ਹੁੰਦੇ ਵਿੱਚ ਆਇਆ ਸੀ 2010 ਉਹਦਾ ਅਧਾ ਹਿੰਦੂ ਕੰਨ ਕਰ ਦੁੱਤਾ ਔਰ ਜਦੋਂ ਅਸੀਂ ਇਸ 2015 ਦੇ ਸਾਲ ਦੀ ਗੱਲ ਕਰ ਰਹੇ ਹਾਂ ਅੰਗਰੇਜ਼ੀ ਸਾਲ ਦੀ ਤੇ ਸਾਡੇ ਧਰਮ ਦੇ ਸੰਸਥਾਪਕ ਫਾਊਂਡਰ ਪ੍ਰਕਾਸ਼ਮਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਜੁੜਿਆ ਹੋਇਆ ਜਿਹੜਾ ਉਹਨਾਂ ਦੇ ਨਾਂ ਨਾਲ ਜੁੜਿਆ ਹੋਇਆ ਪ੍ਰਕਾਸ਼ਵਰੇ ਨਾਲ ਜੁੜਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਿਹੜਾ ਉਸ ਦਾ ਇਸ ਵਰੇ ਦੇ ਵਿੱਚ ਮੁਕੰਮਲ ਹੀ ਭੋਗ ਪਾ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਸਿਰਫ ਲੇਬਲ ਉੱਤੇ ਰਹਿਣ ਦਿੱਤਾ ਔਰ ਬਾਕੀ ਸਾਰੀਆਂ ਤਰੀਕਾਂ ਜਿਹੜੀਆਂ ਨੇ ਉਹ ਹਿੰਦੂ ਕੈਲੰਡਰ ਦੀਆਂ ਨੇ ਬਿਕਰਮੀ ਕੈਲੰਡਰ ਦੀਆਂ ਨੇ ਜੀ ਸੋ ਕੁੱਲ ਮਿਲਾ ਕੇ ਅ ਅਸੀਂ ਕਿਉਂਕਿ ਇਸ ਇਸ ਨੂੰ ਇੱਕ ਮੈਂ ਘਾਟ ਦੇ ਤੌਰ ਤੇ ਹੀ ਦੇਖਦੇ ਆਂ ਕਿ ਜਦੋਂ 2003 ਦੇ ਵਿੱਚ ਮੂਲ ਨਾਨਕਸ਼ਹੀ ਕੈਲੰਡਰ ਲਾਗੂ ਹੋਇਆ ਤੇ BBC ਦੇ ਉੱਤੇ ਫੁੱਲ ਸਟੋਰੀ ਸੀ ਕਿ ਹੁਣ ਹਰ ਧਰਮ ਵਾਂਗ ਜਿਹੜਾ ਔਰ ਇਹ ਸਟੇਟਮੈਂਟ ਜਿਹੜੀ ਮੈਂ ਪਹਿਲਾਂ ਕਹੀ ਹੈ ਉਹ ਉਸ ਸਟੋਰੀ ਦੀ ਸੀ ਕਿ ਹਰ ਧਰਮ ਦਾ ਆਪਣਾ ਕੈਲੰਡਰ ਹੈ ਔਰ ਹਰ ਕੈਲੰਡਰ ਦਾ ਧਰਮ ਹੈ ਸੋ ਮਤਲਬ ਇਹ ਸੀ ਕਿ ਅੱਜ ਸਿੱਖ ਧਰਮੇ ਬੀਬੀਸੀ ਨੇ ਕਿਹਾ ਵੀ ਦੁਨੀਆ ਦੇ ਉਹਨਾਂ ਧਰਮਾਂ ਦੇ ਵਿੱਚ ਸ਼ਾਮਲ ਹੋ ਗਏ ਜਿਨੇ ਆਪਣਾ ਨਵੇਕਲਾ ਕੈਲੰਡਰ ਵੀ ਬਣਾਇਆ ਲੇਕਿਨ ਅਫਸੋਸ ਕਿ ਜਦੋਂ ਅਸੀਂ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਬੀਰ ਸਾਹਿਬ ਨੇ ਬੇਸ਼ੱਕ ਇਹ ਕਿਹਾ ਤਮੂ ਰਖ ਮਨੁਖ ਨੂੰ ਸੀ ਕਿ ਭਾਈ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਿ ਅਸੀਂ ਬਹੁਤ ਵਾਰੀ ਆਪਣੇ ਧਰਮ ਨੂੰ دین ਨੂੰ ਦੁਨੀਆ ਦੀ ਖਾਤਰ ਮੋਹ ਮਾਇਆ ਦੀ ਖਾਤਰ ਬੱਚਿਆਂ ਬੱਚਿਆਂ ਦੀ ਖਾਤਰ ਅਸੀਂ ਆਪਣੇ ਸਿਧਾਂਤ ਕੁਰਬਾਨ ਕਰ ਦਿੰਦੇ ਤੇ ਕਬੀਰ ਸਾਹਿਬ ਕਹਿੰਦੇ ਨੇ ਇਵੇਂ ਹੀ ਹੈ ਕਿ ਇਹ ਆਪਣੇ ਪੈਰਾਂ ਤੇ ਆਪ ਕੋਹਾੜਾ ਮਾਰਨਾ ਔਰ ਅੰਗਰੇਜ਼ੀ ਚ ਉਹਨੂੰ ਕਹਿੰਦੇ ਨੇ ਸੈਲਫ ਇਨਫਲੈਕਟਡ ਵੂਨਸ ਇੱਕ ਹੁੰਦਾ ਤੁਸੀਂ ਤੁਰਦੇ ਹੋ ਡਿੱਗ ਪਏ ਤੁਹਾਨੂੰ ਜ਼ਖਮ ਹੋਇਆ ਇੱਕ ਹੁੰਦਾ ਕਿਸੇ ਦੁਸ਼ਮਣ ਨੇ ਤੁਹਾਡੇ ਤੇ ਵਾਰ ਕੀਤਾ ਤੁਹਾਨੂੰ ਜ਼ਖਮ ਹੋਇਆ ਇੱਕ ਜਿਹੜਾ ਜ਼ਖਮ ਤੁਸੀਂ ਆਪ ਕਰ ਲੈਂਦੇ ਹੋ ਸੈਲਫ ਇਨਫਲਿਕਟਿਡ ਆਪ ਤੁਸੀਂ ਆਪਣੇ ਕੁਹਾੜੀ ਜਿਹੜੀ ਹੈ ਆਪਣੇ ਪੈਰਾਂ ਤੇ ਮਾਰੀ ਹੈ ਜੀ ਹੁਣ ਇਹ ਤਾਂ ਆਉਣ ਵਾਲੇ ਪੀਰੀਅਡ 'ਚ ਜੇ ਕੌਮ ਦੇ ਵਿੱਚ ਇੱਕ ਚੇਤਨਾ ਔਰ ਇਸ ਗੱਲ ਦਾ ਅਹਿਸਾਸ ਹੋਏਗਾ ਵੀ ਅਸੀਂ ਕਿੰਨੀ ਵੱਡੀ ਪ੍ਰਾਪਤੀ ਨੂੰ ਨੈਗੇਟ ਕੀਤਾ ਪਰ ਕੁੱਲ ਮਿਲਾ ਕੇ ਮੈਂ ਅਕਸਰ ਹੁਣ ਤਾਂ ਇਸ ਨਵੇਂ ਬਰੇ ਦੇ ਉੱਤੇ ਮੈਂ ਨਿਊਯਾਰਕ 'ਚ ਹੀ ਹੁਣੇ ਲੇਕਿਨ ਅਕਸਰ ਪਿਛਲੇ ਵੀ 25 ਸਾਲ ਟਰੈਵਲਿੰਗ ਅਰਾਊਂਡ ਹੁੰਦੀ ਸੀ ਹਰ ਥਾਂ ਤੇ ਨਿਊ ਇਅਰ ਮੈਸੇਜ ਦੇਣ ਦੇ ਲਈ ਤਾਂ ਮੈਂ ਹਮੇਸ਼ਾ ਬਿਸ਼ੱਕ ਜਿਹੜੇ ਸੰਗਤ ਚ ਆਏ ਹੁੰਦੇ ਨੇ ਦੀਵਾਨ ਚ ਆਏ ਹੁੰਦੇ ਨੇ ਉਹ ਆਉਂਦੇ ਤਾਂ ਹੀ ਆ ਨਾ ਜੀ ਕਿ ਨਵਾਂ ਸਾਲ ਹੈ ਜੀ ਕਿ ਸਭ ਖੁਸ਼ੀ ਦੀਆਂ ਗੱਲਾਂ ਕਰੋ ਜੀ ਕੋਈ ਦੁੱਖਾ ਨਾ ਹੋਵੇ ਕੋ ਉਦਾਸੀ ਨਾ ਹੋਵੇ ਜੀ ਪਰ ਮੈਂ ਹਮੇਸ਼ਾ ਇਹ ਯਾਦ ਕਰਵਾਉਂਦਾ ਹਾਂ ਕਿ ਜੇ ਤੁਸੀਂ ਸੱਚ ਦੇ ਰੂਬਰੂ ਨਹੀਂ ਹੋਵੋਗੇ ਸੱਚ ਦਾ ਆਇਨਾ ਆਇਨਾ ਸ਼ੀਸ਼ਾ ਨੂੰ ਕਹਿੰਦੇ ਨੇ ਹਾਲਾਂਕਿ ਕਈ ਵਾਰ ਮੈਨੂੰ ਜਦੋਂ ਕਿਸੇ ਨੇ ਪੁੱਛਣਾ ਵੀ ਉਹਨਾਂ ਨੇ ਕਹਿਣਾ ਜਦੋਂ ਮੈਂ ਲਾਈਟਰ ਮੂਡ 'ਚ ਹਾਂ ਕਿ ਜੀ ਤੁਸੀਂ ਅੱਜਕੱਲ ਤੁਸੀਂ ਕੀ ਕਰਦੇ ਹੋ ਮੈਂ ਕਹ ਮੈਂ ਕਹੇ ਮੇਰੇ ਕਹਿਣਾ ਜੇ ਅੰਨਿਆਂ ਦੇ ਸ਼ਹਿਰ 'ਚ ਸ਼ੀਸ਼ਾ ਵੇਚਦਾ ਹਾਂ ਸੋ ਕਈ ਵਾਰ ਜਿਹੜੇ ਇਸ ਕਿਸਮ ਦੇ ਮਾਹੌਲ 'ਚ ਸੈਲੀਬ੍ਰੇਸ਼ਨ ਦੇ ਲਈ ਆਏ ਹੁੰਦੇ ਨੇ ਆ ਖਾਸ ਜਿਵੇਂ ਕੈਲੀਫੋਰਨੀਆ ਦੇ ਗੁਰਦੁਆਰਿਆਂ ਦੀ ਐਡਵਰਟਾਈਜ਼ਮੈਂਟ ਚੱਲ ਰਹੀ ਹੈ ਕਿ ਜੀ ਉੱਥੇ ਇੰਨੀਆਂ ਕਿਸਮ ਦੀਆਂ ਜਲੇਬੀਆਂ ਜਿਹੜੇ ਨੇ ਇੰਨੇ ਮਾਹਰ ਆ ਗਏ ਨੇ ਇੰਨੇ ਕਿਸਮ ਦੇ ਪਕੌੜੇ ਔਰ ਛੋਲੇ ਭਟੂਰੇ ਤੇ ਪਤਾ ਨਹੀਂ ਕੀ ਕੀ ਪੂਰਾ ਸ਼ਹਿਰ ਸੱਜ ਜਾਂਦਾ ਉੱਥੇ ਜੀ ਇਹ ਸਾਰੀ ਰਾਤ ਸੋ ਅਸੀਂ ਇਸ ਕਿਸਮ ਦੇ ਲਾਈਫ ਸਟਾਈਲ ਚ ਪਰ ਚਲੋ ਇੱਕ 파ਰਟ ਮੈਂ ਜ਼ਰੂਰ ਜਿਵੇਂ ਅੱਗੇ ਵੀ ਦੋਹਰਾਂਦਾ ਕਿ ਵੀ ਇਹ ਉਹੀ ਲੋਕ ਇਕੱਠੇ ਹੁੰਦੇ ਸੀ ਕਲੱਬਾਂ ਚ ਜਾਂਦੇ ਸੀ ਦੂਸਰਾ ਸੀ ਜਿਹਨਾਂ ਬਜ਼ੁਰਗਾਂ ਨੇ ਇਹ ਕੀਤਾ ਕਿ ਭਾਈ ਚਲੋ ਇਹ ਨਵਾਂ ਸਾਲ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੋ ਕੀਰਤਨ ਸੁਣੋ ਬਾਣੀ ਸੁਣੋ ਘਟੋ ਘਟ ਇੰਨਾ ਕੁ ਤਾਂ ਕਿਤੇ ਨਾ ਕਿਤੇ ਜਿਵੇਂ ਸਰਕਪੂਰ ਸਿੰਘ ਹੋਰਾਂ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਕਿ ਜੀ ਇਹ ਅਖੰਡ ਪਾਠ ਰੱਖ ਕੇ ਘਰ ਵਾਲੇ ਵੀ ਗਾਇਬ ਦੂਜੇ ਵੀ ਗਾਇਬ ਭਾਈ ਪੜ ਜਾਂਦੇ ਨੇ ਫਿਰ ਭੋਗ ਪੈਣ ਬਾਕੀ ਜਿਹੜੇ ਆਉਂਦੇ ਵੀ ਨੇ ਰਿਸ਼ਤੇਦਾਰ ਹੋਣ ਆ ਰੁਪਈਆ ਰੱਖ ਕੇ ਫਿਰ ਜਾ ਕੇ ਚਾਹ ਤੇ ਖਲੋ ਜਾਂਦੇ ਨੇ ਜਾਂ ਕੋਈ ਹੋਰ ਚੱਲ ਰਿਹਾ ਹੁੰਦਾ ਤੇ ਇਹਦਾ ਕੋਈ ਫਾਇਦਾ ਹੁੰਦਾ ਹੈ ਜੀ ਵੀ ਇਸ ਕਿਸਮ ਦਾ ਤੇ ਉਹ ਬੜੇ ਸੋਚਵਾਨ ਦਾਰਸ਼ਨਿਕ ਸੀ ਉਹ ਕਹਿੰਦਾ ਵੀ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ ਕਿ ਵੀ ਅਸੀਂ ਪਾਠ ਨੂੰ ਮਜ਼ਾਕ ਬਣਾ ਲਿਆ ਪਰ ਚਲੋ ਘਟੋ ਘਟ ਪਾਤਾ ਚੜਦੀਏ ਪਾ ਕਾਸ ਨੂੰ ਕਹਿੰਦੇ ਨੇ ਕਿ ਵੀ ਹੁਣ ਘਟੋ ਘਟ ਇੰਨਾ ਤਾਂ ਹੁੰਦਾ ਬੱਚਿਆਂ ਦੂਜਿਆਂ ਤੇ ਜਨਕ ਤੇ ਇਹ ਤਾਂ ਨਹੀਂ ਕਿ ਕੋ ਹਵਨ ਕਰਾਉਂਦਾ ਜਾਂ ਕੋਈ ਜਾ ਕੇ ਉੱਥੇ ਸਲੀਬ ਦੇ ਉੱਤੇ ਜਾ ਕੇ ਕੋਈ ਜੀਸਸ ਦੀ ਕੋ ਪੜਦਾ ਹੈ ਜਾਂ ਕੋ ਹੋਰ ਕਰਦਾ ਹੈ ਕਿ ਵੀ ਇੰਨਾ ਕੋਨਾਂ ਨੂੰ ਹੈ ਵੀ ਅਸੀਂ ਇਹਦੇ ਨਾਲ ਹੀ ਜੁੜੇ ਹੋਏ ਆਂ ਭਾਵੇਂ ਉਹ ਮੱਥਾ ਟੇਕਾ ਹੀ ਗਾਇਬ ਹੁਣ ਉਹਨੂੰ ਪਤਾ ਨਹੀਂ ਹੈ ਕਹਿੰਦੇ ਬਹੁਤ ਚੰਗਾ ਹੋਏ ਕਿ ਵੀ ਅਸੀਂ ਪੜੀਏ ਅਸੀਂ ਸੁਣੀਏ ਅਸੀਂ ਵਿਚਾਰੀਏ ਪਰ ਪਾਤਾ ਚੜਦੀਐ ਸੋ 90 ਸਾਲ ਦੇ ਹਵਾਲੇ ਨਾਲ ਵੀ ਸਾਡੇ ਦਰਸ਼ਕ ਜੀ ਸ਼ੁਰੂ ਤੇ ਇਹ ਨਾ ਹੁਣ ਵੀ ਅੱਧਿਆ ਨੇ ਜਿਹੜਾ ਨੇ ਨਵੇਂ ਕੱਪੜੇ ਸੋ ਆਇਆ ਹੋ ਕਹਿੰਦੇ ਇਹਨਾਂ ਨੇ ਤਾਂ ਸਾਡਾ ਕੰਮ ਕਰਤਾ ਹੁਣ ਘਰ ਹੀ ਬੈਠੀ ਹੈ ਨਹੀਂ ਮੈਂ ਸਮਝਦਾ ਵੀ ਫਿਰ ਵੀ ਇਹ ਘੱਟੋ ਘਾਟ ਸੀ ਗੁਰੂ ਦੀ ਸ਼ਰਨ ਚ ਜਾਂਦੇ ਔਰ ਜਦੋਂ ਅਸੀਂ ਗੁਰੂ ਦੀ ਸ਼ਰਨ ਚ ਇਸ ਰਸਤੇ ਨੂੰ ਲੈਂਦੇ ਆਂ ਤੋੜਦੇ ਆਂ ਔਰ ਅੱਜ ਦਾ ਵਿਚਾਰ ਵੀ ਮੈਂ ਉਸ ਵਿਚਾਰ ਦਾ ਹੀ ਚੁਣੇ ਤੇ ਫਿਰ ਸਤਿਗੁਰੂ ਦੀ ਰਹਿਮਤ ਨਾਲ ਉਸ ਆਲੇ ਦੁਆਲੇ ਚ ਔਰ ਇਹ ਪ੍ਰਭਾਵ ਵੀ ਵਨ ਹੁੰਦਾ ਜੀ ਬੱਚਿਆਂ ਨੂੰ ਨਾਲ ਲੈ ਕੇ ਦੇਖੋ ਦੂਜਿਆਂ ਦੇ ਬੱਚੇ ਧਰਮਾ ਵਿੱਚ ਥੋੜੀ ਅੰਦਰ ਬਿਠਾਏ ਹੁੰਦੇ ਨੇ ਸਾਡੇ ਬਾਹਰ ਭੱਜ ਰਹੇ ਹੁੰਦੇ ਨੇ ਦੂਜੇ ਨੇ ਕਈ ਖੜਾ ਖਣ ਜਾਂਦੇ ਨੇ ਕਿ ਤੇ ਉਦੋਂ ਵੀ ਮੈਨੂੰ ਯਾਦ ਹੈ ਇੱਕ ਸਾਡੇ ਬੜੇ ਸਿਆਣੇ ਬਜ਼ੁਰਗ ਉਹ ਕਹਿੰਦੇ ਹੁੰਦੇ ਸੀ ਨਹੀਂ ਭਾਵੇਂ ਬੱਚਾ ਜਾ ਕੇ ਭੱਜਦਾ ਫਿਰੇ ਅੰਦਰ ਬੈਠੇ ਨਾ ਬੈਠੇ ਰੌਲਾ ਪਾਏ ਕੁਝ ਵੀ ਕਰੇ ਪਰ ਉਹਨੂੰ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਉਹਨੂੰ ਤੁਸੀਂ ਉਸ ਮਾਹੌਲ ਉਹ ਜਿਹੜੇ ਗੁਰਦੁਆਰ ਉਹ ਸਾਰੇ ਦਾ ਦੇ ਇਮੇਜ ਉਦੇ ਅੰਦਰ ਹੁੰਦੇ ਨੇ ਸੋ ਇੰਨਾ ਕੁ 파ਰਟ ਤਾਂ ਜ਼ਰੂਰ ਹੈ ਕਿ ਨਵੇਂ ਸਾਲ ਦੇ ਮੌਕੇ 'ਪਾਵੇਂ ਚਲੋ ਜਲੇਬੀਆਂ ਬਾਹਰ ਖਲੋਤੇ ਖਾ ਰਹੇ ਹੋਣਗੇ ਦੇਖਣਗੇ ਤਾਂ ਸਹੀ ਗੁਰਦੁਆਰੇ ਦੇ ਸਾਹਮਣੇ ਇੰਨਾ ਕੁ ਤਾਂ ਪ੍ਰਭਾਵ ਹੈ ਪਰ ਮੈਂ ਜਿਹੜੀ ਗੱਲ ਕਹਿਣ ਦੇ ਲਈ ਇਸ ਭੂਮਿਕਾ ਨੂੰ ਰਚਿਆ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਭਾਈ ਗੱਲ ਯਾਦ ਰੱਖਿਏ ਵੀ ਅੱਜ ਅਸੀਂ ਕਿਸ ਮੁਕਾਮ ਤੇ ਜੀ ਔਰ ਮੈਂ ਅਕਸਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਇੱਕ ਨਜ਼ਮ ਦਾ ਹਵਾਲਾ ਦਿੰਦਾ ਵੈਸੇ ਬਾਈ ਦੀ ਵੇ ਅ ਅੱਜ ਟੀਵੀ 84 ਨਿਊਜ਼ 'ਚ ਵੀ ਔਰ ਕੱਲ ਦੇ ਪ੍ਰੋਗਰਾਮ 'ਚ ਵੀ ਟੀਵੀ 84 ਨਿਊਜ਼ ਜਿਹੜਾ ਮੈਂ ਬੀਬੀ ਰੀਤ ਕੌਰ ਜਿਹੜੇ ਹੋਸਟ ਨੇ ਇਹ ਸਾਰੇ ਵਰ੍ਹੇ ਨੂੰ 2015 ਨੂੰ ਉਹਦਾ ਐਨਾਲਿਸਿਸ ਕੀਤਾ ਕੁਝ ਉਹਨੂੰ ਟੱਚਪੇਸ ਕਰਾਂਗੇ ਬਟ ਜਿਹੜੇ ਦਰਸ਼ਕ ਨੇ ਜੇ ਅੱਜ ਉਹ ਇਨ ਟਿਊਨ ਨੇ ਹੁਣ ਦੇਖ ਰਹੇ ਨੇ ਤੇ ਉਹ ਪ੍ਰੋਗਰਾਮ ਦੇ ਨਾਲ ਜੁੜੇ ਰਹੇ ਟੀਵੀ 84 ਨਿਊਜ਼ ਨਾਲ ਵੀ ਕੱਲ ਵੀ ਉਸ ਦਾ ਰਿਪੀਟ ਹੋਏਗਾ ਜੀ ਅ ਪਰ ਇੱਕ ਗੱਲ ਜਿਹੜੀ ਬਾਬਾ ਮਾਨੋਚਾਲ ਦੇ ਉਸ ਲਖਤ ਦੇ ਹਵਾਲੇ ਨਾਲ ਬਾਬਾ ਮਾਨੋਚਾਲ ਜਿਹੜੀ ਪੰਜ ਮੈਂਬਰੀ ਪੰਥਕ ਕਮੇਟੀ ਨੂੰ 26 ਜਨਵਰੀ 1986 ਦੇ ਸਰਬਤ ਖਾਲਸਾ ਨੇ ਜਿਹੜਾ ਥਾਪਿਆ ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਸਾਣ ਦਾ ਐਲਾਨਨਾਮਾ ਕੀਤਾ ਸੋ ਇੱਕ ਸ਼ਾਇਰ ਵੀ ਸਨ ਸੋ ਉਹਨਾਂ ਨੇ ਨਵਾਂ ਵਰਾ ਮੁਬਾਰਕ ਦੇ ਨਾਂ ਥੱਲੇ ਇੱਕ ਬੜੀ ਟੱਚ ਕਰਨ ਵਾਲੀ ਨਜ਼ਮ ਲਿਖੀ ਮੈਂ ਬਿਸ਼ੱਕ ਲਾਸਟ ইয়ার ਉਹਨੂੰ ਸ਼ੇਅਰ ਕੀਤਾ ਸੀ ਫੁਲੀ ਪਰ ਮੈਂ ਜਦੋਂ ਉਸ ਥੀਮ ਨੂੰ ਬਾਰ-ਬਾਰ ਦੇਖਦਾ ਕਿ ਭਾਈ ਮੇਰੇ ਦੋਸਤ ਤੈਨੂੰ ਨਵਾਂ ਵਾਰਾ ਮੁਬਾਰਕ ਨਾਲ ਹੀ ਉਹਨਾਂ ਨੇ ਕਿਹਾ ਵੀ ਤੂੰ ਜਦੋਂ ਮੈਨੂੰ ਲਿਖੇਗਾ ਤੇ ਫੇਰ ਸਾਡਾ ਤਾਂ ਸਰਨਾਵਾ ਹੀ ਨਹੀਂ ਤੂੰ ਕਿਸ ਪਤੇ ਤੇ ਔਰ ਉਸ ਸਰਨਾਵੇਂ ਨੂੰ ਲੱਭਣ ਲਈ ਸੋ ਇਹ ਬੇਕਰਿਆਂ ਦੀ ਦਾਸਤਾਨ ਦੀ ਗੱਲ ਹੈ ਸੋ ਮੈਂ ਸਮਝਦਾ ਕਿ ਜਦੋਂ ਅਸੀਂ ਇਸ ਨਿਊ ইয়ার ਈਵ ਦੇ ਮੌਕੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਕੱਠੇ ਹੋਵਾਂਗੇ ਤੇ ਫੇਰ ਉਹਨਾਂ ਪਲਾਂ ਨੂੰ ਜਿਹੜੇ ਪਲ ਅਸੀਂ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਔਰ ਕਈਆਂ ਨੂੰ ਤਾਂ ਹੋਰ ਬਾਣੀ ਆਏ ਨਾ ਆਏ ਇਹ ਜ਼ਰੂਰ ਪੜਦੇ ਨੇ ਲక్ష్ਮੀ ਲక్ష్ਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਣੀ ਸਭ ਸੇ ਉਹ ਪਹਿਲੀ ਗੱਲ ਭੁੱਲ ਜਾਂਦੇ ਨੇ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਇਸ ਤੋਂ ਵੀ ਪਹਿਲਾਂ ਤੁੱਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਇਹ ਇਹ ਜਿਹੜਾ ਜਾਂ ਤੂੰ ਮੇਰੇ ਵੱਲ ਵਾਲੀ ਗੱਲ ਤਾਂ ਹੋਣੀ ਐ ਜੇ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਜਦੋਂ ਤੁਸੀਂ ਉਹਦੇ ਬੰਦੇ ਬਣ ਗਏ ਫਿਰ ਤਾਂ ਤੁਹਾਨੂੰ ਲక్ష్ਮੀ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਤੁਸੀਂ ਮੰਗਣੀ ਹੀ ਨਹੀਂ ਹੁੰਦੀ 1084 ਮੇਦ ਨਹੀਂ ਉਸ ਹਾਲਤ 'ਚ ਹੀ ਐ ਕਿ ਜਦੋਂ ਤੁਸੀਂ ਉਹਦੇ ਬੰਦੇ ਬਣ ਜਾਂਦੇ ਹੋ ਤੇ ਜਦੋਂ ਤੁਸੀਂ ਉਹਦੇ ਬੰਦੇ ਬਣ ਜਾਂਦੇ ਹੋ ਫਿਰ ਤਾਂ ਤੁਸੀਂ ਕਹਿੰਦੇ ਹੋ ਕਿ ਰਾਜ ਨਾ ਚਾਹੂੰ ਮੁਖਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ ਕਿ ਮੇਰੀ ਚਾਨ ਤੇ ਤੇਰੇ ਚਰਨਾ ਦੀ ਪ੍ਰੀਤ ਹੈ ਕਿ ਮੈਂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਫਿਰ ਤਾਂ ਹੋਰ ਕਿਸੇ ਗੱਲ ਦਾ ਹੁੰਦਾ ਹੀ ਨਹੀਂ ਕੋਈ ਚਾਹ ਹੁੰਦਾ ਕਿ ਉਹ ਵਾਹਿਗੁਰੂ ਮੇਰੇ ਤੋਂ ਨਾ ਵਿਸਰੇ ਮੈਨੂੰ ਕੋਈ ਚਾਹਨਾ ਨਹੀਂ ਹੈ ਸੋ ਇਹ ਜਿਹੜੀ ਪ੍ਰੇਮ ਦੀ ਖੇਡ ਹੈ ਇਸ ਪ੍ਰੇਮ ਦੀ ਖੇਡ ਚ ਖਾਲਸਾ ਪੰਥ ਬਿਸ਼ੱਕ ਅਸੀਂ ਪ੍ਰੇਮ ਦੀ ਖੇਡ ਦੇ ਉਹ ਜਿਹੜੇ ਆ ਪੁਤਲੇ ਨੇ ਜਿਹਨੂੰ ਗੁਰੂ ਨੇ ਜਿਹੜੀ ਪਹਿਲੀ ਸਾਡੀ ਫੀਸ ਜਾਂ ਸਿੱਖ ਦੀ ਪਹਿਲੀ ਪਛਾਣ ਜਾਂ ਸਿੱਖ ਦੀ ਪਹਿਲੀ ਉਸ ਦੀ ਐਂਟਰੀ ਇਸ ਦੇ ਉੱਤੇ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਔਰ ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਬਹੁਤੇ ਮੋਰੀ ਗਈ ਜਾਣਗੇ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਰਨਾ ਕੀਜੈ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆਜੈ ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤੇ ਪਿੱਠ ਨਹੀਂ ਦਿਖਾਈ ਹੈ ਕੋਈ ਕੂੰਕਾ ਨਹੀਂ ਕੀਤੀ ਹੈ ਕੋਈ ਭਗੌੜਾਪਨ ਨਹੀਂ ਸੋ ਇਹ ਪ੍ਰੇਮ ਦੀ ਖੇਡ ਦੇ ਪੁਤਲੇ ਜਿਸ ਜਿਨ੍ਹਾਂ ਪੁੱਤਲਿਆਂ 'ਚ ਗੁਰੂ ਨੇ ਮਨੁੱਖਤਾ ਦਾ ਪਿਆਰ, ਇਨਸਾਨੀਅਤ ਦੀ ਪੀੜ, ਹਮਦਰਦੀ, ਇੱਕ ਦੂਜੇ ਦੇ ਕੰਮ ਆਣ ਦੀ ਭਾਵਨਾ ਤੇ ਉਸ ਦੇ ਨਾਲ-ਨਾਲ ਅਣਖ, ਗੈਰਤ, ਸਵੈਮਾਨ ਇਸ ਕਦਰ ਕੁੱਟਕੁੱਟ ਕੇ ਭਰਿਆ ਔਰ ਫਰਮਾਇਆ ਜੇ ਜੀਵੇ ਇਹ ਵੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਜੇ ਜੀਵੇ ਪਤਲਤੀ ਜਾਏ ਸਭ ਹਰਾਮ ਜੇ ਤਾਂ ਕੁਝ ਖਾਏ ਕਿ ਬੇਪਤ ਹੋਏ ਜਿਹੜੇ ਨੇ ਉਹ ਹਰਾਮਖੋਰ ਨੇ ਹਲਾਲਖੋਰ ਨਹੀਂ ਔਰ ਇਹ ਫਿਰ ਜਿਹੜੇ ਪਤਵਾਨ ਸਨ ਅਸੀਂ ਅੱਜਕੱਲ ਤਾਂ ਜਿਹਦੇ ਕੋਲ 4 ਪੈਸੇ ਹੁੰਦੇ ਨੇ ਉਹਨਾਂ ਨੂੰ ਹੀ ਕਹਿੰਦੇ ਆਂ ਜੀ ਬੜੇ ਪਤਵੰਤੇ ਆਏ ਪਤ ਤਾ ਔਨਰ ਜੋੜ ਦਿੰਦਾ ਹੈ منی ਦੇ ਨਾਲ ਪਰ ਇੱਥੇ ਔਨਰ ਸੀ ਅਣਖ ਦੇ ਨਾਲ ਗੈਰਤ ਦੇ ਨਾਲ ਅੱਜ ਪਤਵੰਤਾ ਜਿਹਦੇ ਕੋਲ ਧਨ ਹੈ ਜਿਹਨੂੰ ਅਸੀਂ ਚੀਫ ਗੈਸਟ ਬਣਾਉਂਦੇ ਆਂ ਉਹਨੂੰ ਵੀ ਆਈਪੀ ਬਣਾ ਕੇ ਸੱਦਦੇ ਆਂ ਜੀ ਅਸੀਂ ਕਹਿੰਦੇ ਆਂ ਬੜੇ ਪਤਵੰਤੇ ਜਿਹੜੇ ਨੇ ਉਹ ਔਰ ਐਡਰੈਸ ਕਰਨ ਲੱਗੇ ਹਾਂ ਵੀ ਅਸੀਂ ਕਹਿੰਦੇ ਹਾਂ ਜੀ ਅੱਜ ਬੜੇ ਪਤਵੰਤੇ ਇਕੱਠੇ ਹੋਏ ਨੇ ਜੀ ਹੁਣ ਇਹ ਜਿਹੜੀ ਪਤਵੰਤਾ ਔਰ ਅਣਖ ਦੀ ਗੱਲ ਔਰ ਫਿਰ ਉਸ ਅਣਖ ਦਾ ਸ ਨਾ ਸਿਰਫ ਖਾਲਸੇ ਨੂੰ ਧਾਰਨੀ ਬਣਾਇਆ ਉਸ ਦੇ जिम्मे ਕੰਮ ਵੀ ਲਾਇਆ ਔਰ ਉਹ ਕੰਮ ਉਹਦੇ जिम्मे ਲਾਇਆ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ ਕਿ ਖਾਲਸਾ ਨਿਰਧਨ ਦਾ ਡਾਊਨ ਟਰਾਡਨ ਦਾ ਹੈਵ ਨਾਟ ਦਾ कमजोर ਦਾ اپریسڈ ਦਾ ਸੁਪਰੈਸਟਡ ਦਾ ਰਿਪਰੈਸਟਡ ਦਾ ਰਖਵਾਲੇ ਖਾਲਸਾ ਉਹਦੇ ਨਾਲ ਖੜਾ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਵੱਡਿਆਂ ਨਾਲ ਨਹੀਂ ਖਾਲਸਾ ਨਿਮਾਣੇ ਨਤਾਣੇ ਦੇ ਨਾਲ ਨਿਰਧਨ ਕੋ ਪਾਲੇ ਖਾਲਸਾ ਸੋਏ ਜੋ ਦੁਸ਼ਟ ਕੋ ਗਾਲ ਪਨਿਸ਼ਿੰਗ ਦਾ ਟਾਇਰੈਂਟਸ ਜੀ ਦੁਸ਼ਟ ਨੂੰ ਸਜ਼ਾ ਯਾਫਤਾ ਕਰਨ ਔਰ ਇਹ ਜਿਹੜੀ ਅਣਖ ਔਰ ਗੈਰਤ ਦੀ ਗੱਲ ਕਿਰਪਾਨ ਜਿਨਉ ਨਹੀਂ ਹੈ ਕਿਰਪਾਨ ਜਸਟਿਸ ਮੀਅਰ ਆਰਟੀਕਲ ਆਫ ਫੇਥ ਨਹੀਂ ਹੈ ਜਿਵੇਂ ਅਸੀਂ ਬਹੁਤ ਵਾਰ ਕੰਸੈਸ਼ਨਸ ਲੈਣ ਲਈ ਇਹਨਾਂ ਦੀਆਂ ਅਦਾਲਤਾਂ ਤੋਂ ਅਸੀਂ ਕਹਿੰਦੇ ਹਾਂ ਕਿਰਪਾਨ ਸਾਡੀ ਅਣਖ ਗੈਰਤ ਦਾ ਪ੍ਰਤੀਕ ਹੀ ਨਹੀਂ ਹੈ ਇਹ ਇਸ ਅਣਖ ਤੇ ਗੈਰਤ ਦਾ ਸਿਰਫ ਜਾਮਣ ਹੀ ਨਹੀਂ ਹੈ ਅਣਖ ਤੇ ਗੈਰਤ ਜੁੜੀ ਹੀ ਸ਼ਸਤਰ ਨਾਲ ਹੋਈ ਹੈ ਔਰ ਇਹ ਛੇਵੇਂ ਪਾਤਸ਼ਾਹ ਦੇ ਬੋਲ ਨੇ ਬਚਨ ਨੇ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਹੁਣ ਜੇ ਤੁਸੀਂ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਔਰ ਦਸਵੇਂ ਪਾਤਸ਼ਾਹ ਦੇ ਸ਼ਬਦ ਜਿਹੜੇ ਬੜੇ ਸਪਸ਼ਟਤਾ ਦੇ ਨਾਲ ਨੇ ਕਿ ਨਿਰਧਨ ਕੋ ਪਾਲੇ ਦੁਸ਼ਟ ਕੋ ਗਾਲੇ ਹੁਣ ਨਿਰਧਨ ਨੂੰ ਪਾਲਣਾ ਸ਼ਸਤਰਾਂ ਦੇ ਜਮੇ ਸ਼ਸਤਰ ਗਰੀਬ ਕੀ ਰੱਖਿਆ ਜੀ ਤੇ ਦੁਸ਼ਟ ਨੂੰ ਗਾਲਣਾ ਇਹ ਵੀ ਸ਼ਸਤਰ ਦੇ ਹਵਾਲੇ ਜਰਵਾਣੇ ਕੀ ਪੱਖਿਆ ਹੁਣ ਜਿਸ ਖਾਲਸੇ ਦੇ ਗਾਤਰੇ ਕਿਰਪਾਨ ਹੋਏ ਜਿਨੇ ਇਸ ਕਿਰਪਾਨ ਨੂੰ ਇੱਕ ਸਦੀ ਜਿਹੜਾ ਵਰਤਿਆ ਹੋਏ ਇਸ ਲਈ ਕਿ ਅਸੀਂ ਪਤਵਾਨ ਹਾਂ ਅਸੀਂ ਇਸ ਧਰਤੀ ਦੇ ਉੱਤੇ ਸੱਚਾ ਹੱਕ ਇਨਸਾਫ ਨੂੰ ਜਿਹੜਾ ਉਹ ਸੁਭਾਇਮਾਨ ਦੇਖਣਾ ਇੱਥੇ ਕੋਈ ਕਿਸੇ ਦਾ ਹੱਕ ਨਹੀਂ ਖੋ ਸਕਦਾ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿੰਮ ਲੈ ਜਾਹੇ ਇਹ ਪੰਜਾਬ ਦੀ ਸਾਡੀ ਦੌਲਤ ਪੰਜਾਬ ਦੇ ਰਿਸੋਰਸ ਦੱਖਣ ਤੋਂ ਆਉਣ ਵਾਲੇ ਮਰਾਠੇ ਪੱਛਮ ਤੋਂ ਆਉਣ ਵਾਲੇ ਜਿਹੜੇ ਅਫਗਾਨ ਔਰ ਦੂਸਰੇ ਜਿਹਨੇ ਲੁਟੇਰੇ ਉਧਰੋਂ ਦੀ ਆਉਂਦੇ ਸਨ ਦਰਾ ਖੈਬਰ ਤੋਂ ਇਹ ਕਿਵੇਂ ਰੁੱਟ ਕੇ ਲੈ ਜਾਣ ਇਹ ਧਰਤੀ ਗੁਰੂਆਂ ਦੀ ਹੈ ਔਰ ਅਸੀਂ ਇਸ ਧਰਤੀ ਦੇ ਜਿਹੜੇ ਐ ਉਹ ਰਖਵਾਲੇ ਹੁਣ ਇਹ ਜਿਹੜਾ ਕੈਰੇਕਟਰ ਸੀ ਔਰ ਇਸ ਨੇ ਉਸ ਧਰਤੀ ਦੇ ਉੱਤੇ ਜੋ ਤਬਦੀਲੀ ਲਿਆਂਦੀ ਔਰ ਬੁੱਲੇ ਸ਼ਾਹ ਵਰਗਾ ਜਿਹੜਾ ਸ਼ਾਇਰ ਹੈ ਉਹ ਵੀ ਇਹ ਕਹਿਣ ਤੇ ਮਜਬੂਰ ਹੋਇਆ ਸੀ ਕਿ ਭੂਰਿਆਂ ਵਾਲੇ ਰਾਜੇ ਕੀਤੇ ਮਗਲਾ ਜ਼ਹਿਰ ਪਿਆਲੇ ਪੀਤੇ ਉਹ ਜਿਹੜੇ ਪੂਰਿਆਂ ਦੀ ਬੁੱਕਲ ਮਾਰਨ ਵਾਲੇ ਸਿੰਧੇ ਸਾਦੇ ਉਹਨਾਂ ਨੇ ਤਬਦੀਲੀ ਲਿਆਂਦੀ ਉਹ ਸਾਰੇ ਫਜ਼ਾ ਨੂੰ ਬਦਲ ਕੇ ਰੱਖ ਦਿੱਤਾ ਔਰ ਇਹ ਮੁਗਲਾਂ ਨੂੰ ਕੌੜਾ ਘੁੱਟ ਪੀਣ ਤੇ ਮਜਬੂਰ ਹੋਣਾ ਪਿਆ ਔਰ ਇਹ ਤਬਦੀਲੀ ਸੀ ਜਿਸ ਤਬਦੀਲੀ ਨੇ ਜਿਸ ਕਿਸਮ ਦਾ ਫਿਰ ਉੱਥੇ ਇੱਕ ਸਭਿਆਚਾਰ ਰਚਿਆ ਜਿੱਥੇ ਹਿੰਦੂ ਸਿੱਖ ਮੁਸਲਮਾਨ ਈਸਾਈ ਜਾਂ ਕੋਈ ਵੀ ਸਾਰੇ ਬਰਾਬਰ ਦੇ ਹੱਕ ਜਿਹੜੇ ਨੇ ਉਹਨਾਂ ਨੂੰ ਮਾਨਦੇ ਸੀ ਕੁਦਰਤ ਦੀਆਂ ਨਿਯਮਤਾ ਮਾਨਦੇ ਸੀ ਇੱਜ਼ਤ ਆਬਰੂ ਸੁਰੱਖਿਅਤ ਸੀ ਔਰ ਫਿਰ ਉਸ ਦੌਰ ਦੇ ਵਿੱਚ ਹੀ ਅਸੀਂ ਦੇਖਦੇ ਕਿ ਜੇ ਪਾਤਸ਼ਾਹੀ ਦੀ ਗੱਲ ਕਰੀਏ ਜਦੋਂ ਬਾਦਸ਼ਾਹੀਆਂ ਹੁੰਦੀਆਂ ਨੇ ਤੇ ਫਿਰ ਨਾਨਕਸ਼ਾਹੀ ਇੱਟਾਂ ਨਹੀਂ ਕਿਉਂਕਿ ਜਿਹੜੀ ਤਾਮੀਰ ਹੋਈ ਉਹਨਾਂ ਇੱਟਾਂ ਦਾ ਨਾਮ ਵੀ ਨਾਨਕਸ਼ਾਹੀ ਹੈ ਔਰ ਹਰ ਥਾਂ ਦੇ ਉੱਤੇ ਜੇ ਰਾਜਪਾਗ ਹੈ ਫਿਰ ਸੋਨਾ ਵੀ ਹੈ ਫਿਰ ਗੁਰਦੁਆਰਿਆਂ ਦੇ ਨਾਲ ਦੂਸਰੇ ਧਾਰਮਿਕ ਸਥਾਨਾਂ ਦੇ ਨਾਲ ਜਿਹੜੀ ਹੈ ਜਗੀਰ ਵੀ ਹੈ ਔਰ ਦੂਸਰਾ ਵੀ ਹੈ ਸੋ ਉਹ ਖਾਲਸਾ ਜਿਨੇ ਇੱਕ ਸਦੀ ਸੰਘਰਸ਼ ਕਰਕੇ ਸਤਤ ਆਪਣਾ ਰਾਜਪਾਗ ਦਰਾ ਖੈਬਰ ਤੋਂ ਤਬਤ ਤੱਕ ਤੇ ਇਧਰੋਂ ਸ਼ਿਕਾਰਪੁਰ ਸਿੰਧ ਤੋਂ ਲੁਧਿਆਣਾ ਤੱਕ ਸਤਲੁਜ ਦੇ ਪੈਰਾਂ ਤੱਕ ਕਾਇਮ ਕੀਤਾ ਅੱਜ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਜੁੜ ਬੈਠਾਂਗੇ ਆਪਣੇ ਪਰਿਵਾਰਾਂ ਦੀ ਖੈਰ ਮੰਗਾਂਗੇ ਗੁਰੂ ਤੋਂ ਉੱਥੇ ਅਸੀਂ ਇਹ ਵੀ ਦੇਖੀਏ ਵੀ 30 ਮਿਲੀਅਨ ਦਾਏ ਸਿੱਖ ਪਰਿਵਾਰ ਜਿਸ ਬਾਰੇ ਅਸੀਂ ਅਰਦਾਸ ਚ ਕਹਿੰਨੇ ਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾਇਤ ਹੁਣ ਇਹ ਜਿਹੜੀ ਜਿੱਥੇ ਜਿੱਥੇ ਖਾਲਸਾ ਹੈ ਉਹਦੇ ਲਈ ਅਸੀਂ ਰੱਛਾ ਤੇ ਰਿਹਾਇਤ ਮੰਗਦੇ ਆਂ ਕਿ ਸਾਡੀਆਂ ਯਾਦਾਂ ਦੇ ਵਿੱਚ ਉਹ ਹੋਣਗੇ ਵੀਰ 1.5 ਲੱਖ ਤੋਂ ਜ਼ਿਆਦਾ ਗੁਰੂ ਦੇ ਸੁਪੁੱਤਰ ਸੁਪੁੱਤਰੀਆਂ ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਚ ਕੌਮੀ ਆਣ ਅਣਖ ਦੇ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਪੇਟ ਕੀਤੇ ਨੇ ਜੀ ਕੀ ਸਾਡੇ ਜ਼ੈਨ ਦੇ ਵਿੱਚ ਸਾਡੇ ਦਿলো ਦਿਮਾਗ ਦੇ ਵਿੱਚ ਉਹ ਭਾਈ ਜਗਤਾਰ ਸਿੰਘ ਤਾਰਾ ਹੋਣ ਭਾਈ ਪਰਮਜੀਤ ਸਿੰਘ ਪੰਮਾ ਹੋਣ ਤੇ ਹੋਰ ਸੈਂਕੜੇ ਉਹ ਨੌਜਵਾਨ ਸਿੰਘ ਸਿੰਘਣੀ ਆ ਜਿਹੜੇ ਭਾਰਤ ਦੇ ਆ ਜੇਲ੍ਹਾਂ ਚ ਕੋ 25 25 ਸਾਲ ਤੋਂ ਬੈਠੇ ਕੀ ਉਹ ਸਾਡੀ ਯਾਦ ਚ ਹੋਣਗੇ ਜਿਨ੍ਹਾਂ ਨੇ ਆਪਣੀ ਜਵਾਨੀ ਇਸ ਪਾਸੇ ਜਿਹੜੀ ਆ ਕੁਰਬਾਨ ਕੀਤੀ ਹੈ ਤਾਂ ਕਿ ਕੌਮ ਬਾਪਤ ਹੋਏ ਬੇਬਤ ਨਾ ਹੋਏ ਜੀ ਜੀ ਕੀ ਸਾਡੀਆਂ ਨਜ਼ਰਾਂ ਚ ਹੋਣਗੇ ਜਿਹੜੇ ਇੱਕ ਧਾਰਮਿਕ ਸਮਾਗਮ ਚ ਇਕੱਠੇ ਹੋਏ ਦੇਸ਼ throi ਬਣਾ ਦਿੱਤੇ ਗਏ ਔਰ ਉਹ ਅੱਜ ਨਵਾਂ ਸਾਲ ਆਪਣੇ ਪਰਿਵਾਰਾਂ ਨਾਲ ਨਹੀਂ ਜੇਲਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਜਿਹੜਾ ਉਹ ਯਾਦ ਕਰ ਰਹੇ ਨੇ ਇਹ ਸਾਰਿਆਂ ਨੂੰ ਸੋ ਜੇ ਇਸ ਸਾਰਿਆਂ ਨੂੰ ਅਸੀਂ ਯਾਦ ਕਰਾਂਗੇ ਔਰ ਇਹ ਗੱਲ ਤਾਂ ਸਾਨੂੰ ਧਿਆਨ ਰਹੇਗਾ ਧਿਆਨ ਚ ਸਾਡੇ ਆਏਗਾ ਕਿ ਭਾਈ ਅਲਟੀਮੇਟਲੀ ਬੇਕਰਿਆਂ ਦੀ ਦਾਸਤਾਨ ਇਹ ਗੱਲ ਹਮੇਸ਼ਾ ਦੱਸਦੀ ਹੈ ਉਹ ਨਿੱਜੀ ਜੀਵਨ ਚ ਅਸੀਂ ਬੇਕਰੇ ਹੋਈਏ ਗ੍ਰਸਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਬੇਕਰਾ ਹੋਣਾ ਕੀ ਹੁੰਦਾ ਹੈ ਤੇ ਕੌਮਾਂ ਜਿਹੜੀਆਂ ਬੇਘਰੀਆਂ ਹੁੰਦੀਆਂ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਕਿਸ ਕਿਸਮ ਦੀ ਉਹ ਸਾਰੀ ਸਥਿਤੀ ਚੋਂ ਲੰਘਦੀਆਂ ਨੇ ਉਹ ਵਾਰ-ਵਾਰ ਅਸੀਂ ਸਾਰੇ ਵਰੇ ਦੇ ਵਿੱਚ 2015 ਚ ਉਸ ਨੂੰ ਵਾਰ-ਵਾਰ ਦੁਹਰਾਇਆ ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਸਮੂਹ ਦਰਸ਼ਕਾਂ ਦਾ ਸ਼్రోਤਿਆਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਹਾਡੀ ਮਦਦ ਜਿਹੜੀ ਕਿ ਆਰਥਿਕ ਤੌਰ ਤੇ ਔਰ ਤੁਸੀਂ ਲਗਾਤਾਰਤਾ ਨਾਲ ਇਸ ਪ੍ਰੋਗਰਾਮ ਪ੍ਰੋਗਰਾਮ ਨਾਲ ਜੁੜੇ ਉਸ ਨੇ ਹੀ ਇਹ ਸੰਭਵ ਬਣਾਇਆ ਕਿ ਅਸੀਂ ਤਿੰਨ ਵਰੇ ਜਿਹੜੇ ਨੇ ਇਸ ਦਸੰਬਰ ਦੇ ਵਿੱਚ ਮੁਕੰਮਲ ਕਰਕੇ ਚੌਥੇ ਸਾਲ ਚ ਜਨਵਰੀ ਦੇ ਮਹੀਨੇ ਚ ਟੀਵੀ 84 ਜਾ ਰਹੇ ਜੀ ਔਰ ਅਸੀਂ ਜਿਹੜਾ ਬੇਸ਼ੱਕ ਤੰਗ ਦਸਤੀਆਂ ਦਾ ਵੀ ਸ਼ਿਕਾਰ ਹੁੰਦੇ ਆ ਹੋ ਰਹੇ ਆ ਔਰ ਜੀ ਆਸ ਵੀ ਕਰਦੇ ਕਿ ਤੁਸੀਂ ਆ ਜਿਹੜਾ ਸਾਡੇ ਨਾਲ ਇਸੇ ਤਰ੍ਹਾਂ ਜਿੱਥੇ ਜੁੜੇ ਰਹੋਗੇ ਉੱਥੇ ਵੱਧ ਤੋਂ ਵੱਧ ਆਰਥਿਕ ਤੌਰ ਦੇ ਉੱਤੇ ਵੀ ਜਿਹੜਾ ਮਦਦਗਾਰ ਹੋਵੋਗੇ ਔਰ ਅਖੀਰ ਚ ਜਿੱਥੇ ਤੁਹਾਡੇ ਸਮੂਹ ਪਰਿਵਾਰਾਂ ਦੇ ਵਿੱਚ ਪਾਈਚਾਰੇ ਚ ਰਿਸ਼ਤੇਦਾਰੀਆਂ ਚ ਹਰਥਾਂ ਸਤਗੁਰੂ ਖੁਸ਼ੀਆਂ ਖੇੜਾ ਦੇਣ ਉੱਥੇ ਆਪਣੀਆਂ ਯਾਦਾਂ ਦੇ ਵਿੱਚ ਆਪਣੇ 30 ਮਿਲੀਅਨ ਨੇਸ਼ਨ ਦੇ ਸੰਕਲਪ ਨੂੰ ਨਾ ਭੁੱਲਣਾ ਔਰ ਮੈਂ ਕਨਕਲੂਡ ਕਰਾਂ ਸਰਦਾਰ ਜਿਹੜੇ ਮਹਿਬੂਬ ਹਰਿੰਦਰ ਸਿੰਘ ਜੀ ਉਹਨਾਂ ਦੇ ਇਸ ਸ਼ਬਦਾਂ ਦੇ ਨਾਲ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਘਰ ਕੇ ਮੂੰਹ ਜ਼ੋਰ ਸਮਾ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇ ਜੇ ਲੜ ਮਾਹੀ ਦਾ ਫੜ ਕੇ ਬੇਸ਼ੱਕ ਅਸੀਂ ਬੇਪਤ ਆਏ ਫਰੇਬੀ ਧਰ ਦੇ ਉੱਤੇ ਫਰੇਬ ਦੀ ਉਸ ਧਰਤੀ ਦੇ ਉੱਤੇ ਉਸ ਹਿੰਦੂਤਵੀ ਧਰਤੀ ਦੇ ਉਹਨਾਂ ਹਾਕਮਾਂ ਦੇ ਨਾਲ ਸਾਡਾ ਵਾਹ ਔਰ ਉਸ ਫਰੇਬ ਦੀ ਧਰ ਤੇ ਬੇਪਤ ਹੋਏ ਬੇਸ਼ੱਕ ਅਸੀਂ ਉਸ ਵਿਸ਼ੈਲੀ ਉਸ ਜ਼ੈਰੀਲੀ ਖਾਕ ਦੇ ਵਿੱਚ ਖੜੇ ਲੇਕਨ ਸਮਾਵੀ ਮੂੰਹ ਜ਼ੋਰ ਹੈ ਬਰਬਾਦੀ ਦਾ ਸੁਨਹਿਾ ਦੰਦੇ ਜੀ ਪਰ ਕੌਮ ਖੜੀ ਹੈ ਚਟਾਨ ਤਾਣ ਕੇ ਕਦੇ ਉਹ ਮੂੰਹ ਜ਼ੋਰ ਸਮਾ ਔਰ ਜਿਹੜਾ ਵਿਸ਼ੈਲੀ ਖਾਕ ਔਰ ਇਸ ਕਿਸਮ ਦੇ ਬੇਈਮਾਨ ਹਾਕਮ ਸਾਡਾ ਕੁਝ ਨਹੀਂ ਵਿਗਾੜ ਸਕਣਗੇ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ ਜੀ ਸਾਡੇ ਮਾਹੀ ਗੁਰੂ ਸਹਿਬਾਨ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦਾ ਲੜ ਕੁੱਟ ਕੇ ਫੜੀਏ ਸਿੱਖੀ ਦੇ ਦਾਇਰਾਕਾਰ ਚ ਗੁਰਸਿੱਖੀ ਜੀਵਨ ਸਾਡੇ ਘਰਾਂ ਚ ਹੋਏ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਦਾਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਅੰਮ੍ਰਿਤ ਦੀ ਦਾਤ ਇਹ ਅਸੀਂ ਸਤਗੁਰੂ ਤੋਂ ਤਲਬਗਾਰ ਹੋਈਏ ਔਰ ਇਸ ਤਲਬਗਾਰੀ ਚ ਹੀ ਅਲਟੀਮੇਟਲੀ ਜ਼ਿੰਦਗੀ ਦਾ ਪਰਪਸ ਹੈ ਬਰੇ ਮਹੀਨੇ ਸਾਲ ਲੰਘਦੇ ਜਾਂਦੇ ਨੇ ਜੀਵਨ ਬਤੀਤ ਹੋ ਜਾਂਦਾ ਹੈ ਫਿਰ ਅਲਟੀਮੇਟਲੀ ਉਹ ਸਮਾਂ ਵੀ ਆ ਜਾਂਦਾ ਹੈ ਕਿ ਕਾਡੋ ਕਾਡੋ ਹੁੰਦੀ ਹੈ ਜੀ ਜੀ ਲੇਕਿਨ ਅਸੀਂ ਹਮੇਸ਼ਾ ਸਤਗੁਰੂ ਦੇ ਚਰਨਾਂ 'ਚ ਇਸ ਗੱਲ ਦੀ ਤਲਬ ਵਾਲੇ ਰਹੀਏ ਤਲਬਗਾਰ ਰਹੀਏ ਭਾਈ ਵੀਰ ਸਿੰਘ ਜੀ ਦੇ ਸ਼ਬਦਾਂ 'ਚ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ ਇੱਕੋ ਹੀ ਦੇ ਸਾਈਂ ਅੱਧੀ ਅੱਧ ਪਚੱਦੀ ਦੇ ਦੇ ਨਿੱਕੀ ਹੋਰ ਗੁਸਾਈਂ ਇੱਕ ਵੇਰ ਇੱਕ ਕਣੀ ਦਵਾ ਦੇ ਸੂਫੀ ਅਸ ਨਾ ਰਹੀਏ ਇੱਕ ਵੇਰ ਦਰ ਖਲਿਆ ਤਾਈਂ ਸਾਈਂ ਸਵਾਦ ਚਖਾਈਂ ਜੀ ਤੇ ਇਹਦੇ ਨਾਲ ਅਸੀਂ ਇਸ ਨਿਊ ਇਅਰ ਦੇ ਮੌਕੇ ਦੇ ਉੱਤੇ ਦਰਸ਼ਕਾਂ ਨੂੰ ਸ਼੍ਰੋਤਿਆਂ ਨੂੰ ਇੱਕ ਵਾਰ ਫੇਰ ਮੁੜ ਕੇ ਪਾ ਦਿੰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ